ਪਰਮ ਸਤਕਾਰਯੋਗ ਸਰੋਤਾ ਜਨੋ ਅੱਜ ਮੈਂ ਆਪ ਜੀ ਦੇ ਸਾਹਮਣੇ ਸਾਹਿਬ ਸ੍ਰੀ ਗੁਰੂ ਹਰ ਰਾਇ ਪਾਤਸ਼ਾਹ ਸਤਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਵਿੱਚੋਂ ਚੰਦ ਝਲਕੀਆਂ ਕਵਿਤਾ ਦੇ ਰੂਪ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤਪੁਰ ਦੀ ਧਰਤੀ ਨੂੰ ਭਾਗ ਲੱਗੇ ਕੀਰਤਪੁਰ ਦੀ ਧਰਤੀ ਨੂੰ ਭਾਗ ਲੱਗੇ ਹਰ ਰਾਏ ਦਾ ਹੋਇਆ ਪ੍ਰਕਾਸ਼ ਹੈ ਸੀ ਆ ਨੂਰੀ ਮੁਖੜਾ ਤੱਕ ਕੇ ਸੰਗਤਾਂ ਨੂੰ ਧੁਰ ਅੰਦਰੋਂ ਚੜਿਆ ਹੁਲਾਸ ਹੈ ਸੀ ਖੁਸ਼ੀਆਂ ਖੇੜੇ ਲੈ ਇਥੋਂ ਸੀ ਵਿਦਾ ਹੋਇਆ ਜਿਹੜਾ ਜਿਹੜਾ ਵੀ ਆਇਆ ਉਦਾਸ ਹੈ ਸੀ ਸ਼ਸਤਰ ਵਿਦਿਆ ਨਾਲ ਹੀ ਬਾਲਕੇ ਨੇ ਘੋੜ ਸਵਾਰੀ ਦਾ ਕੀਤਾ ਅਭਿਆਸ ਹੈ ਸੀ ਸ਼ਸਤਰ ਵਿਦਿਆ ਨਾਲ ਹੀ ਬਾਲਕੇ ਨੇ ਘੋੜ ਸਵਾਰੀ ਦਾ ਕੀਤਾ ਅਭਿਆਸ ਹੈ ਸੀ ਤੇ ਕਲੀਆਂਦਾਰ ਚੋਲਾ ਇੱਕ ਦਿਨ ਪਹਿਨ ਕੇ ਤੇ ਕਲੀਆਂਦਾਰ ਚੋਲਾ ਇੱਕ ਦਿਨ ਪਹਿਣ ਕੇ ਤੇ ਟਹਿਲ ਰਹਿ ਹਰ ਰਾਏ ਸੀ ਬਾਗੇ ਅੰਦਰ ਫੁੱਲ ਟਹਿਣੀਓ ਟੁੱਟੇ ਜਦ ਨਾਲ ਅੜ ਕੇ ਕੋਮਲ ਹਿਰਦਾ ਸੀ ਆਇਆ ਵੈਰਾਗੇ ਅੰਦਰ ਫੁੱਲ ਟਹਿਣੀਓ ਟੁੱਟੇ ਜਦ ਨਾਲ ਅੜ ਕੇ ਕੋਮਲ ਹਿਰਦਾ ਸੀ ਆਇਆ ਵੈਰਾਗੇ ਅੰਦਰ ਕਿਆ ਗੁਰਾਂ ਜਦ ਦਾਮਨ ਸੰਕੋਚ ਚੱਲੋ ਲੱਗ ਗਈ ਸੀ ਉਹਨਾਂ ਦੇ ਜਾਗ ਅੰਦਰ ساری ਉਮਰ ਜੋ ਰੋਸ਼ਨੀ ਰਿਆ ਵੰਡਦਾ ਜਗਮਗ ਜਗ ਪਿਆ ਕੋਈ ਚਿਰਾਗ ਅੰਦਰ ساری ਉਮਰ ਜੋ ਰੋਸ਼ਨੀ ਰਿਆ ਵੰਡਦਾ ਜਗਮਗ ਜਗ ਪਿਆ ਕੋਈ ਚਿਰਾਗ ਅੰਦਰ ਤੇ 14 ਸਾਲ ਦੀ ਉਮਰ ਸੀ ਜਦੋਂ ਹੋਈ ਛੇਵੇਂ ਪਾਤਸ਼ਾਹ ਹੱਥੀ ਗੁਰਿਆਈ ਬਖਸ਼ੀ ਯੋਗ ਜਾਣ ਕੇ ਆਪਣੇ ਪੁੱਤਰੇ ਨੂੰ ਸਭ ਤੋਂ ਵੱਡੀ ਸੀ ਗੁਰਾਂ ਵਡਿਆਈ ਬਖਸ਼ੀ ਦੂਰ ਕਰਨ ਲਈ ਝੂਠ ਦੀ ਧੁੰਦ ਤਾਈ ਨਾਨਕ ਜੋਤ ਦੀ ਪਾਵਨ ਰੁਸ਼ਨਾਈ ਬਖਸ਼ੀ ਤੇ ਆਪਣੇ ਸਮੇਂ ਚ ਗੁਰਾਂ ਨੇ ਹਰ ਪੱਖੋਂ ਸਿੱਖ ਕੌਮ ਨੂੰ ਸੋਹਣੀ ਅਗਵਾਈ ਬਖਸ਼ੀ ਆਪਣੇ ਸਮੇਂ ਚ ਗੁਰਾਂ ਨੇ ਹਰ ਪੱਖੋਂ ਸਿੱਖ ਕੌਮ ਨੂੰ ਸੋਹਣੀ ਅਗਵਾਈ ਬਖਸ਼ੀ ਤੇ ਕੋਮਲ ਹਿਰਦਾ ਸੀ ਜੀਨਾ ਦਾ ਵਾਂਗ ਫੁੱਲਾਂ ਕੋਮਲ ਹਿਰਦਾ ਸੀ ਜੀਨਾ ਦਾ ਵਾਂਗ ਫੁੱਲਾਂ ਵੰਡੀ ਵਿੱਚ ਸੰਸਾਰ ਸੁਗੰਧੇ ਉਹਨਾ ਆ ਰੱਬੀ ਪ੍ਰੇਮ ਦੀ ਤਾਰ ਨਾਲ ਬੰਨ੍ਹ ਸਭ ਨੂੰ ਜੋੜ ਦਿੱਤੇ ਅਸੀਂ ਟੁੱਟੇ ਸਬੰਧ ਉਹਨਾ ਕਾਲ ਪਿਆ ਜਦ ਪੂਰੇ ਪੰਜਾਬ ਦੇ ਅੰਦਰ ਲੇਖੇ ਲਾਇਆ ਸੀ ਸਾਰਾ ਦਸਵੰਧ ਉਹਨਾ ਤੇ ਲੋੜਵੰਦਾਂ ਦੀ ਲੋੜ ਨੂੰ ਮੁੱਖ ਰੱਖ ਕੇ ਲੰਗਰ ਬਸਤਰ ਦਾ ਕੀਤਾ ਪ੍ਰਬੰਧ ਉਹਨਾ ਲੋੜਵੰਦਾਂ ਦੀ ਲੋੜ ਨੂੰ ਮੁੱਖ ਰੱਖ ਕੇ ਲੰਗਰ ਬਸਤਰ ਦਾ ਕੀਤਾ ਪ੍ਰਬੰਧ ਉਹਨਾ ਇੱਕ ਇਤਿਹਾਸਿਕ ਜੋ ਬਾਤ ਹੈ ਉਸ ਦੇ ਦਰਸ਼ਨ ਕਰਨ ਦੀ ਕਿਰਪਾਲਤਾ ਕਰੋ ਜੀਓ ਕਿ ਬਾਲਕ ਫੂਲ ਤੇ ਸੰਦਲੀ ਜਦੋਂ ਲੈ ਕੇ ਕਾਲਾ ਚੌਧਰੀ ਆਇਆ ਦਰਬਾਰੇ ਅੰਦਰ ਬਾਲਕ ਫੂਲ ਤੇ ਸੰਦਲੀ ਜਦੋਂ ਲੈ ਕੇ ਕਾਲਾ ਚੌਧਰੀ ਆਇਆ ਦਰਬਾਰ ਅੰਦਰ ਹੱਥ ਫੇਰਨੇ ਢਿੱਡਾਂ ਤੇ ਸ਼ੁਰੂ ਕੀਤੇ ਬੱਚਿਆਂ ਟੇਕ ਕੇ ਮੱਥਾ ਸਤਿਕਾਰ ਅੰਦਰ ਤੇ ਗੁਰਾ ਤਾਈਂ ਸੀ ਦੱਸਿਆ ਚੌਧਰੀ ਨੇ ਗੁਰਾ ਤਾਈਂ ਸੀ ਦੱਸਿਆ ਚੌਧਰੀ ਨੇ ਦਾਦੇ ਭੁੱਖ ਨੇ ਕੀਤੇ लाचार ਅੰਦਰ ਰਾਜੇ ਬਨ ਗਏ ਇਹ ਰਿਆਸਤਾਂ ਦੇ ਗੁਰਾਂ ਕਿਆ ਸੀ ਅਗੋਂ ਖੁਮਾਰ ਅੰਦਰ ਰਾਜੇ ਬਨਣਗੇ ਇਹ ਰਿਆਸਤਾਂ ਦੇ ਗੁਰਾਂ ਕਿਆ ਸੀ ਅਗੋਂ ਖੁਮਾਰ ਅੰਦਰ ਇੱਕ ਹੋਰ ਇਤਿਹਾਸਿਕ ਗੱਲ ਦੇ ਦਰਸ਼ਨ ਕਰਿਓ ਸਰੋਤਾ ਜਨੋ ਸੁਣ ਕੇ ਕੀਰਤਨ ਇੱਕ ਦਿਨ ਪਾਤਸ਼ਾਹ ਜੀ ਲੇਟੇ ਮੰਜੇ ਤੋਂ ਉੱਠੇ ਝਟਪਟ ਹੈ ਸੀ ਸੁਣ ਕੇ ਕੀਰਤਨ ਇੱਕ ਦਿਨ ਪਾਤਸ਼ਾਹ ਜੀ ਲੇਟੇ ਮੰਜੇ ਤੋਂ ਉੱਠੇ ਝਟਪਟ ਹੈਸੀ ਕਾਲੀ ਨਾਲ ਜਦ ਉੱtre ਆਪੇ ਥਾਂ ਲੱਗੀ ਗੋਡੇ ਤੇ ਉਹਨਾਂ ਦੇ ਸੱਟ ਹੈਸੀ ਕਿਆ ਸਿੱਖਾਂ ਨੇ ਪਿਆਰੇ ਪਾਤਸ਼ਾਹ ਜੀ ਤੁਸੀਂ ਕਿਉਂ ਉੱਠੇ ਫਟਾਫਟ ਹੈਸੀ ਅਸਾਂ ਬਾਣੀ ਦਾ ਪੂਰਨ ਸਤਕਾਰ ਕਰਨਾ ਅੱਗੋਂ ਕਿਹਾ ਦਤਾਰ ਨੇ ਝਟ ਹੈ ਸੀ ਅਸਾਂ ਬਾਣੀ ਦਾ ਪੂਰਨ ਸਤਕਾਰ ਕਰਨਾ ਅੱਗੋਂ ਕਿਹਾ ਦਤਾਰ ਨੇ ਝਟ ਹੈ ਸੀ ਦੂਰ ਦੂਰ ਤੱਕ ਸਿੱਖੀ ਪ੍ਰਚਾਰ ਕਰਕੇ ਆ ਖਲਕਤ ਸੁੱਤੀ ਜਗਾਈ ਸੀ ਪਾਤਸ਼ਾਹ ਨੇ ਦੂਰ ਦੂਰ ਤੱਕ ਸਿੱਖੀ ਪ੍ਰਚਾਰ ਕਰਕੇ ਖਲਕਤ ਸੁਤੀ ਜਗਾਈ ਸੀ ਪਾਤਸ਼ਾਹ ਨੇ ਰੱਖੇ 2200 ਘੋੜ ਸਵਾਰ ਭਾਵੇਂ ਨਾ ਕੋਈ ਕੀਤੀ ਲੜਾਈ ਸੀ ਪਾਤਸ਼ਾਹ ਨੇ ਥਾਂ ਥਾਂ ਖੋਲ ਗਰੀਬਾਂ ਲਈ દવાਖਾਨੇ ਥਾਂ ਥਾਂ ਖੋਲ ਗਰੀਬਾਂ ਲਈ દવાਖਾਨੇ ਸੁਖੀ ਕੀਤੀ ਲੁਕਾਈ ਸੀ ਪਾਤਸ਼ਾਹ ਨੇ ਤੇ ਰਾਜੀ ਜੀ ਜੀਦੇ ਨਾਲ ਦਾਰਾ ਸ਼ਿਕੋ ਹੋਇਆ ਇਥੋਂ ਭੇਜੀ ਦਵਾਈ ਸੀ ਪਾਤਸ਼ਾਹ ਨੇ ਰਾਜੀ ਜੀ ਜੀਦੇ ਨਾਲ ਦਾਰਾ ਸ਼ਿਕੋ ਹੋਇਆ ਇਥੋਂ ਭੇਜੀ ਦਵਾਈ ਸੀ ਪਾਤਸ਼ਾਹ ਨੇ ਤੋਂ ਸੱਦਾ ਆਇਆ ਔਰੰਗੇ ਦਾ ਗੁਰਾਂ ਤਾਈ ਸੱਦਾ ਆਇਆ ਔਰੰਗੇ ਦਾ ਗੁਰਾਂ ਤਾਈ ਤੇ RAM ਰਾਏ ਨੂੰ ਕੀਤਾ ਤਿਆਰ ਹੋ ਨਾ ਸਿੱਖ ਸਿਧਾਂਤਾਂ ਤੇ ਆਂਚ ਨਹੀਂ ਆਉਣ ਦੇਣੀ ਕਿਆ ਉਸ ਨੂੰ ਨਾਲ ਪਿਆਰ ਉਹਨਾ ਤੇ ਉਹਨੇ ਜਦੋਂ ਗੁਰਬਾਣੀ ਦੀ ਤੁਕ ਬਦਲੀ ਉਹਨੇ ਜਦੋਂ ਗੁਰਬਾਣੀ ਦੀ ਤੁਕ ਬਦਲੀ ਸਦਾ ਸਦਾ ਲਈ ਦਿੱਤਾ ਦਰਕਾਰ ਉਹਨਾ ਤੇ ਕਰਕੇ ਸਦਾ ਦੇ ਲਈ ਬੇਦਖਲ ਜਾਚ ਕੇ ਮੱਥੇ ਲਾਉਣ ਤੋਂ ਕੀਤਾ ਇਨਕਾਰ ਉਹ ਨਾ ਕਰਕੇ ਸਦਾ ਦੇ ਲਈ ਬੇਦਖਲ ਜਾਚ ਕੇ ਮੱਥੇ ਲਾਉਣ ਤੋਂ ਕੀਤਾ ਇਨਕਾਰ ਉਹ ਨਾ ਮੱਥੇ ਲਾਉਣ ਤੋਂ ਕੀਤਾ ਇਨਕਾਰ ਉਹ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ